सत श्रीकाल जी सारे नू, सारे दा बहुत बहुत वेलकम है JKM इंस्टीट्यूट दे यूट्यूब चैनल ते। आज असी करांगे पंजाबी क्लास 12 दा सैंपल पेपर 2 सेट ए, पूरा तुहानू एक्सप्लेन करांगी ते वीडियो नू शुरू कर दें। सत श्रीकाल सारे नू, शुरुआत कर दें। आज असी सेट ए सॉल्व करांगे। ए 2024 दा हल सहित सैंपल पेपर हैगा ते जेड़ी मैं गल कर रही सी भागा दी, ते तुसी कोई भी भाग जिहड़ा पहले सॉल्व कर सकते हो। ये टोटली डिपेंड करता है तुहाडे उत्ते कि तुसी केड़ा पार्ट जिहड़ा तुहाडा स्ट्रोंग है। बस ये कोशिश करना, जेकर तुसी भाग 1 पहला सॉल्व कर रहे हो ते भाग 1 दे ही सारे क्वेश्चन सॉल्व करो, उस तो बाद भाग 2 शुरू करो। इंज ना करना कि भाग 2 दा पहले 1 सॉल्व करता, फिर भाग 4 दा करता, फिर पहले दा करता। ਇਹ ਜਿਹੜਾ ਨਾ ਚੈਕਰ ਦੇ ਮਨ 'ਚ ਕਨਫਿਊਜ਼ਨ ਕ੍ਰੀਏਟ ਕਰੇਗਾ ਕਿ ਬੱਚੇ ਨੇ ਪੇਪਰ ਜਿਹੜਾ ਹੈ ਸੀਰੀਅਲ ਆਰਡਰ 'ਚ ਨਹੀਂ ਕੀਤਾ। ਇਸ ਲਈ ਆਪਣਾ ਪੇਪਰ ਜਿਹੜਾ ਹੈ ਉਹ ਹਮੇਸ਼ਾ, ਬੇਸ਼ੱਕ ਕੋਈ ਵੀ ਭਾਗ ਤੁਸੀਂ ਸ਼ੁਰੂ ਕਰੋ, ਲੇਕਿਨ ਇਹ ਜ਼ਰੂਰ ਧਿਆਨ ਰੱਖਣਾ ਕਿ 1 ਭਾਗ ਹੀ ਪਹਿਲੇ ਕੰਪਲੀਟ ਕਰੋ, ਠੀਕ ਹੈ। ਅਤੇ ਸਭ ਤੋਂ ਪਹਿਲੇ ਭਾਗ 1 ਤੋਂ ਅਸੀਂ ਸ਼ੁਰੂ ਕਰਦੇ ਹਾਂ, ਜੋ ਕਿ ਹੈ ਸਾਡਾ ਰੀਡਿੰਗ ਸਕਿੱਲਸ 8 ਨੰਬਰ ਦਾ ਅਨਸੀਨ ਪੈਸੇਜ। ਇਹ ਅਨਸੀਨ ਪੈਸੇਜ ਕਾਫੀ ਜ਼ਿਆਦਾ ਈਜ਼ੀ ਹੁੰਦਾ ਹੈ ਅਤੇ 1 ਵਾਰੀ ਹੀ ਪੜ੍ਹਨ 'ਚ ਤੁਹਾਨੂੰ ਸਮਝ ਆ ਜਾਏਗਾ ਅਤੇ ਕਾਫੀ ਸਕੋਰਿੰਗ ਹੈਗੇ ਨੇ 8 ਨੰਬਰ, ਠੀਕ ਹੈ। ਪਹਿਲਾ ਕੁਸ਼ਚਨ ਹੈ, ਕਿਹੜੀ ਕਮਾਈ ਪੂਜਾ ਪਾਠ ਦੇ ਬਰਾਬਰ ਹੁੰਦੀ ਹੈ? ਸਾਰਿਆਂ ਨੂੰ ਪਤਾ ਹੈ, ਹੱਕ ਹਲਾਲ ਦੀ, ਪਰਾਏ ਹੱਕ ਦੀ, ਦੂਜਿਆਂ ਦੀ ਜਾਂ ਚੋਰੀ ਦੀ, ਇਹ ਤਿੰਨੋਂ ਤਾਂ ਬਿਲਕੁਲ ਨਹੀਂ ਹੋ ਸਕਦੇ। ਇਸ ਲਈ ਹੱਕ ਹਲਾਲ ਦੀ ਇਹੀ ਸਹੀ ਆਨਸਰ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਸ਼ਚਨ ਇਜ਼, ਜ਼ਿੰਦਗੀ ਦੀ ਜੱਦੋ ਜਹਿਦ ਵਿੱਚ ਕਿਹੜਾ ਇਨਸਾਨ ਕਾਮਯਾਬ ਹੁੰਦਾ ਹੈ? ਠੀਕ ਹੈ, ਹਿੰਮਤ 'ਤੇ ਮਿਹਨਤ ਕਰਨ ਵਾਲਾ, ਆਲਸ ਕਰਨ ਵਾਲਾ, ਦੂਜਿਆਂ 'ਤੇ ਨਿਰਭਰ ਕਰਨ ਵਾਲਾ, ਉਦਾਸ ਰਹਿਣ ਵਾਲਾ। ਓਬਵੀਅਸਲੀ ਬਾਤ ਹੈ, ਹਿੰਮਤ 'ਤੇ ਮਿਹਨਤ ਕਰਨ ਵਾਲਾ। ਮੈਂ ਪੈਰਾਗ੍ਰਾਫ ਨਹੀਂ ਵੀ ਪੜ੍ਹਿਆ ਤਾਂ ਵੀ ਮੈਨੂੰ ਜਿਹੜਾ ਇਹਦਾ ਜਵਾਬ ਜਿਹੜਾ ਮਿਲ ਗਿਆ, ਠੀਕ ਹੈ। ਇਹ ਦੇਖੋ ਇੱਥੇ ਲਿਖਿਆ, ਮਿਹਨਤ ਤੋਂ ਵੀ ਚੁਰਾਉਣ ਵਾਲੇ ਅਤੇ ਦੂਜਿਆਂ 'ਤੇ ਨਿਰਭਰ ਰਹਿਣ ਵਾਲਾ ਮਨੁੱਖ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੁੰਦਾ। ਦੈਟ ਮੀਨਸ ਹਿੰਮਤ 'ਤੇ ਮਿਹਨਤ ਕਰਨ ਵਾਲਾ ਇਹਦਾ ਆਨਸਰ ਹੈ। ਦੂਜਿਆਂ 'ਤੇ ਆਸ ਰੱਖਣ ਵਾਲੇ ਲੋਕ ਕਿਵੇਂ ਰਹਿੰਦੇ ਹਨ? ਚੜ੍ਹਦੀ ਕਲਾ ਵਿੱਚ, ਦਹਿੰਦੀਆਂ ਵਿੱਚ, ਔਂਕੜਾਂ ਵਿੱਚ, ਬੁਲੰਦਿਆਂ ਵਿੱਚ, ਦਹਿੰਦੀਆਂ ਵਿੱਚ? ਜ਼ਿੰਦਗੀ ਦਾ ਅਸਲੀ ਸੁੱਖ ਕਿਵੇਂ ਨਸੀਬ ਹੁੰਦਾ ਹੈ? ਆਰਾਮ ਨਾਲ ਬਹਿ ਕੇ, ਹੱਥੀਂ ਕਿਰਤ ਕਰਕੇ, ਆਲਸੀ ਬਣ ਕੇ, ਵਿਹਲੇ ਰਹਿ ਕੇ, ਹੱਥੀਂ ਕਿਰਤ ਕਰਕੇ? ਕਿਹੜੇ ਲੋਕ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦੇ ਹਨ? ਕਿਹੜੇ ਲੋਕ ਨੂੰ ਛੂੰਹਦੇ ਹਨ? ਉੱਦਮੀ ਲੋਕ, ਵਿਹਲੜ ਲੋਕ, ਆਲਸੀ ਲੋਕ, ਪੈਸੇ ਵਾਲੇ? ਓਬਵੀਅਸਲੀ ਉੱਦਮੀ, ਜਿਹੜੀ ਜਿਸ 'ਚ ਹਿੰਮਤ ਹੋਏਗੀ। ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਕਿਵੇਂ ਪਾਰ ਕਰਨਾ ਚਾਹੀਦਾ? ਉਦਾਸ ਰਹਿ ਕੇ, ਘਬਰਾ ਕੇ, ਖਿੜੇ ਮੱਥੇ, ਵਿਹਲੇ ਰਹਿ ਕੇ, ਖਿੜੇ ਮੱਥੇ ਰਹਿ ਕੇ? ਮਾਪਿਆਂ ਵੱਲੋਂ ਬੱਚਿਆਂ ਨੂੰ ਸ਼ੁਰੂ ਤੋਂ ਕਿਹੜੇ ਕੰਮ ਦੀ ਆਦਤ ਪਾਉਣੀ ਚਾਹੀਦੀ ਹੈ? ਜਲਦੀ ਉੱਠਣ ਦੀ, ਹੱਥੀਂ ਕੰਮ ਕਰਨ ਦੀ, ਸੱਚ ਬੋਲਣ ਦੀ, ਬਹਾਨੇ ਮਾਰਨ ਦੀ, ਹੱਥੀਂ ਕੰਮ ਕਰਨ ਦੀ? ਉੱਪਰ ਦਿੱਤੇ ਗਏ ਪੈਰਾ ਦਾ ਸਿਰਲੇਖ ਲਿਖੋ। ਸਿਰਲੇਖ ਦੈਟ ਇਜ ਮੋਰਲ। ਹੱਥੀਂ ਕਿਰਤ ਕਰਨਾ, ਹੁਕਮ ਚਲਾਉਣਾ, ਪੈੜੀ ਆਦਤ, ਸੱਚੀ ਜ਼ਿੰਦਗੀ, ਹੱਥੀਂ ਕਿਰਤ ਕਰਨਾ। ਇਹ 8 ਨੰਬਰ ਤੁਹਾਡੇ ਜਿਹੜੇ ਨੇ ਇਸ 'ਚ ਸਕੋਰ ਹੋ ਜਾਣਗੇ, ਠੀਕ ਹੈ। ਹੁਣ ਆਉਂਦੇ ਹਾਂ ਅਸੀਂ ਭਾਗ 2 'ਤੇ, ਜਿਹੜਾ ਹੈ ਰਾਈਟਿੰਗ ਸਕਿੱਲ। ਇਸ 'ਚ ਇੱਕ 8 ਨੰਬਰ ਦਾ ਕੁਸ਼ਚਨ ਹੈ, ਇੱਕ 7 ਨੰਬਰ ਦਾ ਕੁਸ਼ਚਨ ਹੈ, 15 ਨੰਬਰ ਤੁਹਾਡੇ ਇਸ 'ਚ ਹੈ। 8 ਨੰਬਰ ਦਾ ਤੁਹਾਨੂੰ ਪੱਤਰ ਆਏਗਾ, ਜਿਸ 'ਚ ਤੁਹਾਨੂੰ ਜਿਹੜਾ ਹੈ ਨਾ ਚੋਇਸ ਮਿਲੇਗੀ, ਠੀਕ ਹੈ। ਦੋਨਾਂ ਵਿੱਚੋਂ ਕੋਈ ਵੀ ਪੱਤਰ ਤੁਸੀਂ ਸੋਲਵ ਕਰ ਸਕਦੇ ਹੋ ਅਤੇ ਇਹਦੇ ਫੋਰਮੈਟ ਵਾਈਜ਼ ਨੰਬਰ ਹੁੰਦੇ ਨੇ। ਸਭ ਤੋਂ ਪਹਿਲਾ ਪੱਤਰ ਪੜ੍ਹਦੇ ਹਾਂ। ਤੁਸੀਂ ਕਿਸੇ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਵਿੱਚ ਕਰਨਾ ਚਾਹੁੰਦੇ ਹੋ। ਕੋਈ ਮਿਲਕ ਦਾ ਪਲਾਂਟ ਹੈ ਅਤੇ ਉਹਦਾ ਜਿਹੜਾ ਤੁਸੀਂ ਸਮਾਨ ਆਪਣੇ ਇਲਾਕੇ 'ਚ ਵੇਚਣਾ ਚਾਹੁੰਦੇ ਹੋ। ਇਸ ਬਾਰੇ ਉਸ ਮਿਲਕ ਪਲਾਂਟ ਦੇ ਵੱਖ ਵੱਖ ਉਤਪਾਦਾਂ ਦੀ ਜਾਣਕਾਰੀ ਲੈਣ ਲਈ ਮਿਲਕ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖੋ, ਠੀਕ ਹੈ। ਦੂਜਾ, ਆਪਣੀ ਭੈਣ ਦੇ ਵਿਆਹ ਲਈ ਲੋੜੀਂਦੇ ਸਜਾਵਟ, ਪਿਰਚ, ਪਿੱਲੀਆਂ, ਸ਼ਮਿਆਨਾ ਦੇ ਅਤੇ
ਬਹਿਰਾ ਸੇਵਾ ਵਾਸਤੇ ਆਪਣੀ ਲੋੜ ਦੱਸਦੇ ਹੋਏ ਕਿਸੇ ਨੇੜੇ ਦੇ ਟੈਂਟ ਹਾਊਸ ਨੂੰ ਪੱਤਰ ਲਿਖ ਕੇ ਅਨੁਮਾਨਿਤ ਖਰਚੇ ਦਾ ਵੇਰਵਾ ਮੰਗੋ। ਅਤੇ ਤੁਸੀਂ ਇਹ ਦੇਖ ਸਕਦੇ ਹੋ, ਇੱਕ ਹੈ ਤੁਹਾਡਾ ਫੋਰਮਲ ਲੈਟਰ, ਇੱਕ ਹੈ ਇਨਫੋਰਮਲ ਲੈਟਰ। ਫੋਰਮਲ ਜੋ ਕਿ ਸਰਕਾਰੀ ਜਾਂ ਕਿਸੇ ਅਹੁਦੇ 'ਤੇ ਬੈਠੇ ਵਾਸਤੇ ਲੋਕਾਂ ਵਾਸਤੇ ਹੁੰਦਾ, ਇਨਫੋਰਮਲ ਹੁੰਦਾ ਜੋ ਕਿ ਰਿਸ਼ਤੇਦਾਰ ਜਾਂ ਤੁਸੀਂ ਥੋੜ੍ਹਾ ਲੋਕਲ ਉਹਨੂੰ ਸਮਝ ਸਕਦੇ ਹੋ, ਠੀਕ ਹੈ। ਅਤੇ ਇਹਦੇ ਜਿਹੜੇ ਨੰਬਰ ਨੇ ਉਹ ਸਭ ਤੋਂ ਪਹਿਲੇ ਆ ਜਾਂਦੇ ਨੇ ਫੋਰਮੈਟ 'ਤੇ। ਐਡਰੈਸ ਤੁਹਾਨੂੰ ਆਲਰੇਡੀ ਜਿਹੜਾ ਹੈ ਮਿਲ ਜਾਏਗਾ ਕੁਐਸਚਨ ਵਿੱਚ, ਜੇਕਰ ਨਹੀਂ ਮਿਲਿਆ ਆਪਣੀ ਤਰਫੋਂ ਲਿਖ ਸਕਦੇ ਹੋ, ਮੈਨੇਜਰ ਸਾਹਿਬ, ਵੇਰਕਾ ਮਿਲਕ ਪਲਾਂਟ, ਹੁਸ਼ਿਆਰਪੁਰ। ਵਿਸ਼ਾ ਇੱਕ ਨੰਬਰ ਤੁਹਾਡੇ ਵਿਸ਼ੇ ਦੇ ਨੇ, ਜੇਕਰ ਤੁਸੀਂ ਵਿਸ਼ਾ ਲਿਖਣਾ ਭੁੱਲ ਗਏ ਤੁਹਾਡੇ ਇੱਕ ਨੰਬਰ ਚਲੇ ਗਏ। ਸ਼੍ਰੀਮਾਨ ਜੀ, ਬੇਨਤੀ ਹੈ, ਮੈਂ ਬੀ ਕੌਮ ਪਾਸ ਹਾਂ, ਮੈਂ ਸਰਕਾਰੀ ਜਾਂ ਗੈਰ ਸਰਕਾਰੀ ਨੌਕਰਨ ਦੀ ਥਾਂ ਆਪਣਾ ਕਾਰੋਬਾਰ ਆਪ ਕਰਨਾ ਚਾਹੁੰਦਾ ਹਾਂ, ਅਤੇ ਇਸ ਲਈ ਵੇਰਕਾ ਮਿਲਕ ਪਲਾਂਟ ਅਤੇ ਉਤਪਾਦਾਂ ਨੂੰ ਵੇਚਣ ਦਾ ਕਾਰੋਬਾਰ ਕਰਨਾ ਚਾਹੁੰਦਾ ਹਾਂ। ਇਸ 'ਚ ਉਸ 'ਚ ਆਪਣੀ ਪ੍ਰੋਬਲਮ ਸੋਲਵ ਕੀਤੀ, ਮਤਲਬ ਆਪਣੀ ਪ੍ਰੋਬਲਮ ਸਾਰੀ ਦੱਸੀ, ਜੋ ਵੀ ਤੁਹਾਡਾ ਇੰਟਰੋ ਬੋਡੀ ਔਰ ਤੁਹਾਡਾ ਕੰਕਲੂਜਨ, ਇਸ ਵਿੱਚ ਮੈਨੂੰ ਕਿੰਨੇ ਪ੍ਰਤੀਸ਼ਤ ਬੱਚਤ ਪ੍ਰਾਪਤ ਹੋਏਗੀ, ਅਤੇ ਖਰਾਬ ਮਾਲ ਸੰਬੰਧੀ ਆਪ ਜੀ ਪਾਲਿਸੀ ਹੋਵੇਗੀ, ਧੰਨਵਾਦ ਸਹਿਤ, ਮਤਲਬ ਉਹਨੂੰ ਜਵਾਬ ਚਾਹੀਦਾ, ਅਤੇ ਉਸ ਤੋਂ ਬਾਅਦ ਐਂਡਿੰਗ। ਜੇਕਰ ਤੁਸੀਂ ਸਹੀ ਪੱਤਰ ਲਿਖ ਲੈਂਦੇ ਹੋ, ਤੁਹਾਡੇ 7.5 ਨੰਬਰ ਕਿੱਥੇ ਨਹੀਂ ਗਏ, ਅਤੇ ਬਸ ਫੋਰਮੈਟ ਦਾ ਧਿਆਨ ਰੱਖਣਾ ਅਤੇ ਆਪਣਾ ਪੱਤਰ ਲਿਖਣਾ। ਜਿਹੜਾ ਦੂਜਾ ਕੁਐਸਚਨ ਹੈ ਰਾਈਟਿੰਗ ਸਕਿੱਲ 'ਚ, ਉਹ ਹੈਗਾ ਤੁਹਾਡਾ ਪੈਰਾਗ੍ਰਾਫ ਰਾਈਟਿੰਗ, ਠੀਕ ਹੈ। ਕਿਸੇ ਇੱਕ ਵਿਸ਼ੇ ਉੱਤੇ, ਇੱਥੇ ਬੱਚੇ ਕਨਫਿਊਜ਼ਨ ਕਰ ਜਾਂਦੇ ਨੇ, ਦੋ ਵਿਸ਼ੇ ਦਿੱਤੇ ਹੋਏ ਨੇ, ਠੀਕ ਹੈ। ਕਿਸੇ ਇੱਕ ਵਿਸ਼ੇ ਉੱਤੇ 125 ਅਤੇ 150 ਸ਼ਬਦਾਂ ਵਿੱਚ ਪੈਰਾ ਰਚਨਾ ਕਰੋ, ਠੀਕ ਹੈ। ਅਤੇ ਉਦੇਸ਼ ਭਰਪੂਰ ਜ਼ਿੰਦਗੀ, ਯਾਨੀ ਪਰਪਸ ਡਰਿਵਨ ਲਾਈਫ, ਪਰਪਸ ਡਰਿਵਨ ਲਾਈਫ। ਅਤੇ ਸਾਈਬਰ ਅਪਰਾਧ, ਯਾਨੀ ਕਿ ਸਾਈਬਰ ਕ੍ਰਾਈਮ, ਕਿਸੇ ਵੀ ਇੱਕ ਟੋਪਿਕ ਦੇ ਉੱਤੇ ਤੁਸੀਂ ਪੈਰਾਗ੍ਰਾਫ ਜਿਹੜਾ ਹੈ ਲਿਖਣਾ। ਇਸ 'ਚ ਬੱਚੇ ਵਰਡ ਲਿਮਿਟ ਨੂੰ ਭੁੱਲ ਜਾਂਦੇ ਨੇ। ਵਰਡ ਲਿਮਿਟ ਨਾਪਣ ਵਾਸਤੇ ਕੀ ਕਰਨਾ ਤੁਹਾਨੂੰ, ਇਹ ਆਈਡੀਆ ਲਗਾਉਣਾ ਤੁਸੀਂ ਇੱਕ ਲਾਈਨ 'ਚ ਕਿੰਨੇ ਵਰਡ ਲਿਖਦੇ ਹੋ, ਠੀਕ ਹੈ। ਅਤੇ ਜਿਵੇਂ 1, 2, 3, 4, 5, 6, 7, 8, 9, ਇੱਕ ਲਾਈਨ 'ਚ ਤੁਸੀਂ 9 ਤੋਂ 10 ਵਰਡ ਲਿਖਦੇ ਹੋ, ਅਤੇ 125 ਵਰਡ ਨੇ, ਦੈਟ ਮੀਨਸ ਤੁਹਾਨੂੰ 10 ਤੋਂ ਲੈ ਕੇ 12 ਲਾਈਨਾਂ ਘੱਟ ਤੋਂ ਘੱਟ ਲਿਖਣੀਆਂ ਨੇ ਕਿਸੇ ਵੀ ਪੈਰਾਗ੍ਰਾਫ ਵਾਸਤੇ। ਇੱਕ ਇੱਕ ਵਰਡ ਕਾਊਂਟ ਕਰਨ ਬੈਠੋਗੇ ਤਾਂ ਟਾਈਮ ਬਰਬਾਦ ਹੋ ਜਾਏਗਾ, ਅਤੇ ਜਿਹੜਾ ਐਗਜ਼ਾਮਿਨਰ ਹੈ ਉਹਨੂੰ ਆਲਰੇਡੀ ਬਹੁਤ ਐਕਸਪੀਰੀਅੰਸ ਹੁੰਦਾ ਹੈ ਕਿਵੇਂ ਪੇਪਰ ਚੈੱਕ ਕਰਨਾ, ਇਸ ਲਈ ਉਹ ਵੀ ਤੁਹਾਡਾ ਇੱਕ ਇੱਕ ਵਰਡ ਨਹੀਂ ਕਾਊਂਟ ਕਰੇਗਾ, ਉਹਨੂੰ ਇੱਕ ਨਜ਼ਰ 'ਚ ਪਤਾ ਚੱਲ ਜਾਏਗਾ ਕਿ ਇਹ ਜਿਹੜਾ ਹੈ ਵਰਡ ਲਿਮਿਟ ਤੋਂ ਬਾਹਰ ਜਾ ਰਿਹਾ ਕਿ ਵਰਡ ਲਿਮਿਟ ਦੇ ਅੰਦਰ ਹੈ। ਇਸ ਲਈ ਆਪਣੀ ਵਰਡ ਲਿਮਿਟ ਨੂੰ ਇਸ ਤਰੀਕੇ ਨਾਲ ਕੈਲਕੂਲੇਟ ਕਰ ਲਓ ਕਿ ਬਈ ਮੈਂ ਕਿੰਨੀ ਸਪੇਸਿੰਗ ਨਾਲ ਜਿਹੜਾ ਹੈ ਆਪਣੇ ਸੈਂਟੈਂਸ ਲਿਖਦਾ ਹਾਂ, ਠੀਕ ਹੈ। 7 ਨੰਬਰ ਦਾ ਕੁਐਸਚਨ ਹੈ, 5 ਨੰਬਰ 'ਤੇ ਇੰਝ ਹੀ ਮਿਲ ਜਾਂਦੇ ਨੇ, ਜੇਕਰ ਤੁਸੀਂ ਲਿਖਿਆ ਹੈ, ਤੁਹਾਡੇ ਸਪੈਲਿੰਗ ਮਿਸਟੇਕਸ ਜ਼ਿਆਦਾ ਨਹੀਂ ਹਨ, ਅਤੇ 5 ਨੰਬਰ ਤੁਹਾਨੂੰ ਇਸ 'ਚ ਜ਼ਰੂਰ ਮਿਲਣਗੇ। ਹੁਣ ਆਉਂਦੇ ਹਾਂ ਅਸੀਂ ਪਾਕ ਤੀਜਾ, ਜੋ ਕਿ ਹੈ ਸਾਡੀ ਗਰਾਮਰ, ਜੋ ਕਿ ਸਾਡੀ 13 ਨੰਬਰ ਦੀ ਹੈਗੀ ਹੈ, ਠੀਕ ਹੈ। ਇਹ ਬੱਚੇ ਜਿਹੜੇ ਨੇ ਨਾ ਅਕਸਰ ਗੜਬੜ ਕਰ ਦਿੰਦੇ ਨੇ ਇਸ 'ਚ, ਪੜ੍ਹ ਕੇ ਨਹੀਂ ਜਾਂਦੇ, ਬਟ ਇਹ ਫ੍ਰੀ ਫੰਡ ਦੇ 13 ਨੰਬਰ ਨੇ, ਜੇਕਰ ਤੁਸੀਂ ਥੋੜ੍ਹੀ ਬਹੁਤ ਆਪਣੀ ਗਰਾਮਰ ਦੀ ਜਿਹੜੀ ਹੈ ਨਾ ਪ੍ਰੈਕਟਿਸ ਕਰ ਲਓਗੇ, ਠੀਕ ਹੈ। ਵਾਕ ਵਟਾਂਦਰਾ, ਹੇਠ ਲਿਖੇ ਵਾਕਾਂ ਵਿੱਚੋਂ ਕਿਸੇ 3, ਇਸ 'ਚ ਵੀ ਚੋਇਸ ਹੈ, 4 ਦਿੱਤੇ ਹੋਏ ਨੇ, 3 ਵਾਕਾਂ ਦਾ ਬ੍ਰੈਕਿਟ ਵਿੱਚ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਵਾਕ ਵਟਾਂਦਰਾ ਕਰੋ। ਸਮਝਦਾਰ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ, ਮਿਸ਼ਰਣ ਵਾਕ ਬਣਾਓ। ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਹਿਣਾ ਮੰਨਦੇ ਹਨ, ਠੀਕ ਹੈ। ਦੂਜਾ ਹੈ, ਤੁਹਾਡੀ ਸਿਆਣਪ ਨੂੰ ਸਭ ਜਾਣਦੇ ਹਨ, ਪ੍ਰਸ਼ਨਵਾਚਕ ਵਾਕ ਬਣਾਓ। ਕੀ ਤੁਹਾਡੀ ਸਿਆਣਪ ਨੂੰ ਸਾਰੇ ਜਾਣਦੇ ਹਨ, ਪ੍ਰਸ਼ਨਵਾਚਕ ਬੋਲਿਆ, ਇਸ ਲਈ ਉਸਨੂੰ ਕੁਸ਼ਚਨ ਮਾਰਕ ਪਾਇਆ ਅਤੇ ਉਹਨੂੰ ਕੁਸ਼ਚਨ ਦੇ ਵੇਅ ਵਿੱਚ ਸੈਂਟੈਂਸ ਨੂੰ ਜਿਹੜਾ ਕਨਵਰਟ ਕਰਤਾ। ਪੱਲੇ ਲੋਕ ਕਿਸੇ ਦਾ ਬੁਰਾ ਨਹੀਂ ਸੋਚਦੇ, ਹਾਂ ਵਾਚਕ ਵਾਕ ਬਣਾਓ। ਪੱਲੇ ਲੋਕ ਹਰ ਕਿਸੇ ਦਾ ਪੱਲਾ ਸੋਚਦੇ ਹਨ, ਮਿਲ ਗਏ ਤੁਹਾਨੂੰ 3 ਨੰਬਰ, ਠੀਕ ਹੈ। ਅੱਗੇ ਆ ਜਾਓ, ਪ੍ਰਸ਼ਨ ਨੰਬਰ 5 ਜਿਹੜਾ, ਅਖਾਣ ਅਖਾਉਣਤਾ, ਯਾਨੀ ਕਿ ਮੁਹਾਵਰੇ ਵੀ ਤੁਸੀਂ ਇਹਨੂੰ ਕਹਿ ਸਕਦੇ ਹੋ।
इस मुहावरिया का तुहानू मतलब दस दे उहदे सेंटेंस बनाने ने। अगेन किसी पांच अखाणा ते करना है, दो नंबर का एक हैगा है ते दस नंबर तुहाडे इस जिहड़े ने बहुत ईजीली बन जाते हैं। अगे सब पिछे शी, ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਆਦਮੀ ਮੁਸ਼ਕਲਾਂ ਜਾਂ ਡਰ ਕਾਰਨ ਨਾ ਅੱਗੇ ਜਾ ਸਕਦਾ ਹੈ ਨਾ ਪਿੱਛੇ ਮੁੜ ਕੇ। ਠੀਕ ਹੈ, ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀ, ਯਾਨੀ ਜਿਹਦੇ ਨਾਲ ਹੁੰਦਾ ਹੈ ਉਸੇ ਨੂੰ ਪਤਾ ਲੱਗਦਾ ਹੈ। ਕਿਸੇ ਬੰਦੇ ਦੇ ਸਹੀ ਚਿੱਤਰ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਸ ਨਾਲ ਵਾਹ ਪੈਂਦਾ ਹੈ। ਠੀਕ ਹੈ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ, ਯਾਨੀ ਇੱਕ ਦੂਜੇ ਨੂੰ ਦੇਖ ਕੇ ਲੋਕੀ ਰੰਗ ਬਦਲਦੇ ਨੇ। ਜਿਹੋ ਜਿਹੀ ਸੰਗਤ ਕਰੀਏ ਉਹੋ ਜਿਹਾ ਬਣ ਜਾਈਏ, ਯਾਨੀ ਜਿਸ ਤਰੀਕੇ ਦੀ ਸੰਗਤ ਹੁੰਦੀ ਹੈ ਤੁਸੀਂ ਉਸ ਤਰੀਕੇ ਦੇ ਜਿਹੜੇ ਨੇ ਬਣ ਜਾਂਦੇ ਹੋ ਤੁਸੀਂ। ਠੀਕ ਹੈ, ਉਸ ਤੋਂ ਬਾਅਦ ਹੈ ਮਨ ਜੀਤੇ ਜਗ ਜੀਤ। ਮਨ ਨੂੰ ਜਿੱਤ ਕੇ ਹੀ ਜਗ ਨੂੰ ਜਿੱਤਿਆ ਜਾ ਸਕਦਾ ਹੈ, ਇਹ ਤਾਂ ਗੁਰਬਾਣੀ ਦੀ ਵੀ ਤੁਗ ਹੈ। ਠੀਕ ਹੈ, ਸੋ ਭਰੋਸਾ ਵੱਡਾ ਤੋਸ਼ਾ, ਸੋ ਭਰੋਸਾ ਵਰਗੀ ਕੋਈ ਚੀਜ਼ ਨਹੀਂ। ਠੀਕ ਹੈ, ਜ਼ਿੰਦਗੀ ਵਿੱਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ। ਠੀਕ ਹੈ, ਜੋ ਜਾਗਣ ਰਾਤਾਂ ਕਾਲੀਆਂ ਸੋਈ ਖਾਣ ਸੁਖਲੀਆਂ, ਯਾਨੀ ਜੋ ਮਿਹਨਤ ਕਰਦੇ ਨੇ ਰਾਤ ਰਾਤ ਭਰ ਜਾਗ ਕੇ, ਠੀਕ ਹੈ, ਉਹਨਾਂ ਨੂੰ ਹੀ ਉਹਨਾਂ ਦੇ ਹੀ ਅੱਛੇ ਦਿਨ ਆਉਂਦੇ ਨੇ। ਠੀਕ ਹੈ, ਦੇਖੋ ਕਿਵੇਂ ਇਹਨਾਂ ਨੇ ਬ੍ਰੈਕਿਟ ਵਿੱਚ ਜਿਹੜਾ ਪਹਿਲੇ ਉਹਦਾ ਮਤਲਬ ਦੱਸਤਾ, ਫਿਰ ਉਸਦੇ ਬਾਅਦ ਉਸਦਾ ਸੈਂਟੈਂਸ ਬਣਾਤਾ। ਅੱਜ ਕੱਲ੍ਹ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਕੇ ਵਿਆਹ ਕਰਨ ਦੀਆਂ ਗੱਲਾਂ ਕਰਦੇ ਤਾਂ ਹਨ, ਪਰ ਦੋ ਕੜੀਆਂ ਦੇ ਮਿਲਣ ਵਿੱਚ ਤੁਸੀਂ ਕਿਸੇ ਬਾਰੇ ਕੀ ਜਾਣ ਸਕਦੇ ਹੋ? ਸਿਆਣੇ ਕਹਿੰਦੇ ਹਨ, ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਅਗਲੇ ਬਾਰੇ ਸਹੀ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਉਹ ਵਿਆਹ ਪਿੱਛੋਂ ਇਕੱਠੇ ਰਹਿੰਦੇ ਹਨ, ਯਾਨੀ ਲਿਵ ਇਨ ਰਿਲੇਸ਼ਨਸ਼ਿਪ ਔਰ ਵਿਆਹ ਵਿੱਚ ਜਿਹੜਾ ਬਹੁਤ ਫਰਕ ਹੁੰਦਾ ਹੈ। ਦਸ ਨੰਬਰ ਨੇ ਇਸ ਚੀਜ਼ ਦੇ, ਥੋੜ੍ਹੇ ਬਹੁਤ ਵੀ ਮੁਹਾਵਰੇ ਆਉਂਦੇ ਹੋਣਗੇ, ਥੋੜ੍ਹੇ ਬਹੁਤ ਵੀ ਅਖਾਣ ਆਉਂਦੇ ਹੋਣਗੇ, ਬਹੁਤ ਈਜ਼ੀਲੀ ਤੁਸੀਂ ਜਿਹੜਾ ਨਾ ਇਹਨੂੰ ਸੋਲਵ ਕਰ ਸਕਦੇ ਹੋ। ਅੱਗੇ ਆ ਜਾਓ, ਜੋ ਕਿ ਹੈ ਸਾਡਾ ਭਾਗ ਚੌਥਾ, ਯਾਨੀ ਟੈਕਸਟ ਬੁੱਕ। 44 ਨੰਬਰ ਨੇ ਤੁਹਾਡੇ ਇਸ 'ਚ। ਜੇਕਰ ਟੈਕਸਟ ਬੁੱਕ ਅੱਛੇ ਤੋਂ ਪ੍ਰਿਪੇਅਰ ਕਰ ਲਈ ਤਾਂ 44 ਨੰਬਰ ਤੁਹਾਡੇ ਨੇ। ਠੀਕ ਹੈ, ਸਭ ਤੋਂ ਪਹਿਲੇ ਪ੍ਰਸ਼ਨ 6, ਹੇਠ ਲਿਖੀਆਂ ਗਈਆਂ ਕਵੀ ਟੁਕੜੀਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਲਿਖੋ। ਦੋ ਆਪਸ਼ਨ ਦਿੱਤੇ ਨੇ, ਕਿਸੇ ਵੀ ਪੋਇਮ ਦਾ ਤੁਹਾਨੂੰ ਆ ਸਕਦਾ ਹੈ, ਪ੍ਰਸੰਗ ਅਤੇ ਵਿਆਖਿਆ ਲਿਖਣੀ ਹੈ। ਇੱਕ ਜਰਖੇ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ, ਗਿੱਟ ਗਿੱਟ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕੈਰ, ਵੇ ਵਲਿਸੀ ਵਾਹ ਫਿਰ ਵਣ ਵਣ ਵੱਗੀ ਜਾ, ਉਹਨੇ ਹਾਰ ਇੱਕ ਬਾਂਸ ਦੀ ਵੰਜਲੀ ਦਿੱਤੀ ਨਾਗ ਬਣਾ। ਠੀਕ ਹੈ, ਹੋ ਗਿਆ ਕੁਵੇਲਾ ਮੈਨੂੰ, ਡਲ ਗਈਆਂ ਛਾਵਾਂ ਨੀ, ਬੇਲੀਆਂ 'ਚੋਂ ਮੁੜ ਆਇਆ ਮੰਜੀਆਂ 'ਤੇ ਗਾਵਾਂ ਨੀ, ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ, ਪੀੜਾ ਦਾ ਪਰਾਗ ਪੁੰਦੇ ਪੱਠੀ ਵਾਲਿਆ। ਪ੍ਰਸੰਗ, ਇਹ ਕਾਵ ਟੋਟਾ, ਇਹ ਲਾਈਨ 'ਤੇ ਪ੍ਰਸੰਗ ਦੀ ਤੁਹਾਨੂੰ ਹਰ ਇੱਕ ਉਸ 'ਚ ਲਿਖਣੀ ਹੈ। ਇਹ ਕਾਵ ਟੋਟਾ ਲਾਜ਼ਮੀ ਪੰਜਾਬੀ 12 ਪਾਠ ਪੁਸਤਕ ਵਿੱਚ ਦਰਜ, ਇੱਥੇ ਤੱਕ। ਉਸ ਤੋਂ ਬਾਅਦ ਰਾਈਟਰ ਦਾ ਨਾਂ, ਇੱਕ ਨੰਬਰ ਰਾਈਟਰ ਦੇ ਨਾਂ ਲਿਖਣ ਦੇ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਪ੍ਰਸੰਗ ਕਵਿਤਾ ਵਾਰਿਸ਼ਾ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵਿਤਰੀ ਨੇ, ਜਿਵੇਂ ਕਵੀ ਹੋਏਗਾ ਮੇਲ ਹੋਏਗਾ ਅਤੇ ਕਵੀ ਜੇ ਫੀਮੇਲ ਹੋਏਗੀ ਤਾਂ ਕਵਿਤਰੀ ਨੇ, 1947 ਵਿੱਚ ਪੰਜਾਬ ਦੀ ਵੰਡ ਸਮੇਂ ਇੱਥੇ ਛਿੜੇ ਬੜਾ ਮੂਰਾ ਫਸਾਦਾ ਵਿਰੋਧ ਦਰਦ ਵਟਾਉਂਦੇ ਲਈ ਵਾਰਿਸ ਸ਼ਾਹ ਨੂੰ ਸੰਬੋਧਨ ਕੀਤਾ ਹੈ। ਇਹਨਾਂ ਸਤਰਾਂ ਵਿੱਚ ਕਵਿਤਰੀ ਨੇ ਪੰਜਾਬ ਵਿੱਚ ਫੈਲੀ ਫਿਰਕ ਜ਼ਹਿਰ ਭਿਆਨਕ ਦ੍ਰਿਸ਼ ਦਾ ਵਰਣਨ ਟਾਡੇ ਕੁਰਮਣਾਈ ਢੰਗ ਨਾਲ ਕੀਤਾ ਹੈ। ਠੀਕ ਹੈ, ਹੈਡਿੰਗ ਜ਼ਰੂਰ ਪਾਉਣੀ ਹੈ, ਪ੍ਰਸੰਗ ਇਹ ਹੈ, ਵਿਆਖਿਆ ਇਹ ਹੈ। ਹੈਡਿੰਗ ਪਾ ਕੇ ਅਲੱਗ ਅਲੱਗ ਪੈਰਾਗ੍ਰਾਫ ਨਹੀਂ ਕਰੋਗੇ ਤਾਂ ਤੁਹਾਡਾ ਹੀ ਨੁਕਸਾਨ ਹੈ। ਪੰਜਾਬ ਵਿੱਚ ਫੈਲੀ ਫਿਰਕ ਪੂਣੇ ਜਾ ਦੀ ਜ਼ਹਿਰ ਦੇ ਕਾਰਨ ਇਸ ਉਪਜਾਊ ਭੂਮੀ ਦੇ ਲੂ ਲੂ ਨੂੰ ਜ਼ਹਿਰ ਚੜ੍ਹ ਗਿਆ ਹੈ ਅਤੇ ਇਹ ਜ਼ਹਿਰ ਦੀ ਗਿੱਟ ਗਿੱਟ ਲਾਲੀ 'ਤੇ ਫੁੱਟ ਫੁੱਟ ਕੈਰ ਚੜ੍ਹ ਗਿਆ ਹੈ। ਚੈਰ ਭਿੱਜੀ ਹਵਾ ਹਰ ਇੱਕ ਜੰਗਲ ਵਿੱਚ ਜਾ ਕੇ ਵੱਗੀ ਹੈ ਅਤੇ ਇਸ ਤਰ੍ਹਾਂ ਉਸਨੇ ਹਰ ਇੱਕ ਬਾਂਸ ਅਤੇ ਬੰਸਰੀ ਨੂੰ ਨਾਗ ਬਣਾ ਦਿੱਤਾ ਹੈ। ਜੇਕਰ ਤੁਸੀਂ ਪੜ੍ਹੀ ਹੋਏਗੀ ਇਹ ਪੋਇਮ, ਮੈਂ ਵੈਸੇ ਐਕਸਪਲੇਨ ਕੀਤੀ ਹੋਈ ਹੈ
इस है अज आखा मैं वारिशानू पंजाब दी ती है रोई मुड़ इश्के दा पन्ना फोल, यानी कि वारिशान ने जड़ा ना हीर रांझे दे किस्से नू इतनी अच्छी तरीके नाल एक्सप्लेन करा ते वन दे टाइम ते औरतां नाल जो कुछ भी बुरा होया है वह इस पोएम च एक्सप्लेन किया होया है। अमृता प्रीतम का जोड़ा राइटिंग स्टाइल है वह फेमिनिस्ट पॉइंट ऑफ व्यू है, यानी नारीवाद है, तो वह तुसी बहुत ईजीली इस देख सकते हो। ठीक है, प्रसंग व्याख्या आ गई, आने प्रश्न सात ते हेठ लिखे बहु विकल्पी प्रश्नों के सही उत्तर चुन के लिखो। गुबंद के अंडे नू की होया, पीला पै गया। ए जड़े MCQ ने थोड़ी चैप्टर्स विच ने, फिर MCQ थोड़ी पोएम विचों भी आएंगे। ठीक है, पिताहीन बच्चे नू कौन छेती गबरू होया वेखना चाहती सी, मां। अगे है, कुदरत दी देवी ने हुसन मंडल विच्चों की परेया, मुट्ठी। वारिशानू केड़ी किताब दा अगला वर्का फोलन लही किया गया, राजनीति दा तरम दा किताबे इश्क, हुणे मैं दस रही सी किताबे इश्क। उस तो बाद ए कहानियां विच्चों पार्ट आ गया, तुहाडा ए सारा पोयम विच्चों सीगा पार्ट, हुण कहानियां विच्चों पार्ट आ गया। जीतो दे वीर दे सुभा बारे 125 ते 150 शब्दा विच अपने विचार दो। नीली कहानी दे लेखक दी पत्नी दा पात्र चित्रण यानी कि करैक्टर स्कैच बारे उत्तर दी पुष्टि 125 ते 150 शब्दा विच दियो। ए तुहाडा 6 नंबर दा क्वेश्चन है, लिख के आओगे 4.5 नंबर तुहाडे किथे नहीं गए। स्पेलिंग मिस्टेक्स ना करना, वर्ड लिमिट दित्ती हुई है, ते ए दोवे चैप्टर मैं ऑलरेडी एक्सप्लेन किए हुए ने, तुसी जाके पंजाबी क्लास 12th दी प्लेलिस्ट देख सकते हो, उस एक्सप्लेन किया हुआ है। जेकर चैप्टर पढ़िया होएगा तो बहुत ईजीली तुसी सॉल्व कर लोगे ये क्वेश्चन। अगे बढ़ते हैं, हेठ लिखे बहु विकल्पी प्रश्न दे सही उत्तर चुन के लिखो। लेखक दी पत्नी अनुसार वच्छी किस दे लालच करके मरी सी, गवाले दे। कहानीकार दी पत्नी कित्थों आई सी, बाजारों मंदरों बाजारों। जीतो दे घर पिछले किन्ने साल ते तो मुंडे दा विआह नहीं होया सी, 20 साल तो, 28 साल तो, 40 साल तो। बुढ़ी पिंड विच कित्थे रहिंदी सी, घर विच। नीली किस दे मरण करके दुखी ते उदास सी, वच्छी, वच्छी यानी उदा बच्चा। हेठ लिखे प्रश्ना विचो किसे 4 प्रश्ना दे उत्तर 25 तो 30 शब्दां विच लिखो। ठीक है, वर्ड लिमिट भी दित्ती हुई है, ते 4 क्वेश्चन सॉल्व करने ने, बेवकूफा वांग 5 ना सॉल्व करायो। लेखक दी पत्नी ने नीली नू की नू ही क्यों पसंद कीता सी। लेखक दे रिक्शे वाले बारे की विचार सन। जीतो दे वीर दे विआह दे कमासान विच मुत क्यों मारी गई। प्रोफेसर लाल चीरे वाला साइकल सवार बारे पहले तो बाद विच की सोचता है। नीली दी वच्छी किवें मर गई सी। ए सारे क्वेश्चन तुहाडे लिटरेचर विच हन, 4 सॉल्व करने ने, 2 नंबर ईच ने, 2 नंबर एक हैगा क्वेश्चन दा, बहुत ईजीली सॉल्व हो जाएगा। हुणे मैं पढ़ के नहीं सुनावांगी, पर तुसी स्क्रीनशॉट लेके इनू पढ़ सकते हो, क्योंकि मैं ऑलरेडी चैप्टर जेड़ा एक्सप्लेन किया हुआ है। ठीक है, हुण साडा पेपर दा लास्ट पार्ट आ जांदा है, जो कि है पंजाबी सभ्याचार नाल जान पछाण। ठीक है, इस च MCQ भी है ते लोंग क्वेश्चन भी हैगा, ते ए 2 क्वेश्चन पंजाबी सभ्याचार दे तुहानू आणगे ही आणगे। ठीक है, पहला क्वेश्चन है, हेठ लिखे बहु विकल्पी प्रश्नों के सही उत्तर चुन के लिखो। रस्मा रिवाजा दा असली रूप कदों सामने आंदा है, खेडदे समय, पढ़न समय, जन्म व्याह ते मरण समय, मेलिया समय। रस्म रिवाज सारे जन्म व्याह ते मरण समय आंदे ने, जन्मदिन जन्म हुंदा जब बच्चे दा, किसी दा व्याह हुंदा या दा मरण हुंदा, तद सारे रस्म रिवाज जड़े ने सामने आंदे ने। पंजाब दे लोक नाच किस प्रकार दी कला हन, कोमल कला, कहानी कला, लोक कला, लेखन कला। लोक कला ओबियसली। छट्टी दी रसम जणेपे तो किन्ने दिन मगरों हुंदी है, 5वें दिन। पति दी लम्मी उम्र लई इस्त्रियां केड़ा वर्त रखदियां, बहुत ईजी है, एकादशी, सावन,
ਇਹਦਾ ਆਨਸਰ ਕਰਵਾ ਚੌਥ ਹੈ ਹਰ ਬੰਦੇ ਨੂੰ ਪਤਾ ਹੋਏਗਾ ਪੇਂਡੂ ਲੋਕ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਕੀ ਰਿਹਾ ਹੈ ਕੰਪਿਊਟਰ ਗੇਮਾਂ ਰੇਡੀਓ ਗੇਮਾਂ ਲੋਕ ਖੇਡਾਂ ਟੀਵੀ ਪ੍ਰੋਗਰਾਮ ਲੋਕ ਖੇਡਾਂ ਹੇਠ ਲਿਖੇ ਪ੍ਰਸ਼ਨਾਂ ਵਿੱਚ ਕਿਸੇ ਦੋ ਪ੍ਰਸ਼ਨ ਦਾ ਉੱਤਰ 70 ਤੋਂ 80 ਸ਼ਬਦਾਂ ਵਿੱਚ ਲਿਖੋ ਠੀਕ ਹੈ ਤੇ ਲੋਕ ਖੇਡਾਂ ਮਨੁੱਖ ਦੀ ਕਿਹੜੀਆਂ ਕਿਹੜੀਆਂ ਭਾਵਨਾਵਾਂ ਪ੍ਰਦਾਨ ਕਰਦੀਆਂ ਹਨ ਗੁੜਤੀ ਦੀ ਰਸਮ ਮਹੱਤਵਪੂਰਨ ਕਿਉਂ ਮੰਨੀ ਜਾਂਦੀ ਹੈ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਕਿਹੜੇ ਕਿਹੜੇ ਮੇਲੇ ਲੱਗਦੇ ਹਨ ਕਿਸੇ ਇੱਕ ਬਾਰੇ ਜਾਣਕਾਰੀ ਦਿਓ ਠੀਕ ਹੈ ਤੇ ਦੇਖੋ ਤਿੰਨ ਕੁਸ਼ਚਨ ਹੈਗੇ ਨੇ ਇਸ 'ਚ ਵੀ ਤੁਹਾਨੂੰ ਦੋ ਸੋਲਵ ਕਰਨੇ ਨੇ ਇਹਨਾਂ ਨੇ ਸ਼ੋਰਟ ਵਿੱਚ ਐਕਸਪਲੇਨ ਕੀਤਾ ਲੋਕ ਖੇਡਾਂ ਮਨੁੱਖ ਨੂੰ ਮਨੋਰੰਜਨ ਉਤਸ਼ਾਹ ਮਿਲਵਰਤਨ ਮਨੁੱਖੀ ਸਾਂਝ ਅਤੇ ਪਿਆਰ ਆਦਿ ਭਾਵਨਾ ਪ੍ਰਦਾਨ ਕਰਦੀਆਂ ਹਨ ਗੁੜਤੀ ਦੀ ਰਸਮ ਸਾਨੂੰ ਸਾਰਿਆਂ ਨੂੰ ਪਤਾ ਹੈ ਬੱਚਾ ਜਦ ਜਨਮਦਾ ਹੈ ਉਦੋਂ ਸਭ ਤੋਂ ਪਹਿਲੇ ਜੋ ਚੀਜ਼ ਖਵਾਈ ਜਾਂਦੀ ਹੈ ਜੋ ਬੰਦਾ ਉਹਨੂੰ ਲਗਵਾਉਂਦਾ ਮੂੰਹ ਉਸਨੂੰ ਗੁੜਤੀ ਕਹਿੰਦੇ ਨੇ ਘਰ ਦੀ ਵੱਡੀ ਦਾਦੀ ਨਾਨੀ ਜਾਂ ਪਿਓ ਜਿਹੜਾ ਉਹ ਗੁੜਤੀ ਦਿੰਦਾ ਅਤੇ ਕਹਿੰਦੇ ਨੇ ਬੱਚੇ ਦਾ ਸੁਭਾਅ ਉਸ 'ਤੇ ਜਾਂਦਾ ਅਤੇ ਇਸੇ ਦੇ ਨਾਲ ਜਿਹੜਾ ਨਾ ਸਾਡਾ ਸੈਂਪਲ ਪੇਪਰ ਸੋਲਵ ਹੋ ਗਿਆ ਮੈਂ ਆਲਰੇਡੀ ਇੱਕ ਸੈਂਪਲ ਪੇਪਰ ਦੀ ਵੀਡੀਓ ਪਾ ਚੁੱਕੀ ਹਾਂ ਤੁਸੀਂ ਪੂਰੀ ਪਲੇਲਿਸਟ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਇਹ ਹੈ ਸੈਂਪਲ ਪੇਪਰ ਇੱਥੇ ਤੱਕ ਹੀ ਵੀਡੀਓ ਇੱਥੇ ਤੱਕ ਹੀ ਜੇਕਰ ਤੁਹਾਨੂੰ ਸਮਝ ਆਇਆ ਹੋ ਤਾਂ ਵੀ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ ਜੇ ਨਾ ਸਮਝ ਆਇਆ ਹੋਏ ਤਾਂ ਵੀ ਦੱਸਣਾ ਹੋਰ ਕਿੱਦਾਂ ਦੀ ਵੀਡੀਓ ਚਾਹੀਦੀ ਹੈ ਉਹ ਵੀ ਮੈਨੂੰ ਦੱਸਣਾ ਬਹੁਤ ਜਲਦੀ ਮੈਂ ਬਾਕੀ ਸਾਰੇ ਸਬਜੈਕਟਸ ਵੀ ਸਟਾਰਟ ਕਰ ਦਾਂਗੀ ਪੜ੍ਹਾਉਣੇ ਅਤੇ ਇਹ ਵੀਡੀਓ ਆਪਣੇ ਫਰੈਂਡਸ ਐਂਡ ਫੈਮਿਲੀ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਮੈਂ ਮਿਲਦੀ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ